कलयुगी पुत बनिया कपुत, अपनी ही मां दा कीता कतल, मिट्टी पुट के विच दबी लाश, जमीनी विवाद कारण कीता कतल। एक कलयुगी पुत ने अपनी ही मां नू बेरहमी दे नाल मौत दे घाट उतार दिता, क्योंकि उसकी मां ने उसके नाम जायदाद नहीं कीती सी, जिस कारण कपुत दे वलो इस वारदात नू अंजाम दिता गया। हालांकि पिंड वासियां दा कहना है कि नौजवान दिमागी तौर ते भी परेशान है अते इसने पहला भी अपने भतीजे नू कुट कुट के मौत दे घाट उतारिया सी। नौजवान ने अपनी मां नू मार के जमीन पुट के जमीन दे विच ही गड़ दिता, पर घर आई उसकी भैन ने इस वारदात नू करदे हुए उस नू वेख लिया जदों उसका भरा उसकी मां नू मार रहा सी अते बाद दे विच जमीन दे विच दब दिता। हालांकि इस वारदात तो बाद पुलिस नू सूचित किया गया अते पुलिस ने मुलजम नू भी अपनी गिरफ्त दे विच ले लिया अते लाश नू अपने कब्जे विच ले के अगली कार्रवाई शुरू कर दी है। यह घटना अमृतसर दे देहाती दे थाना खिलचिया अधीन पैंदे पिंड वडाला खुरद तो सामने आई है। गल ते वीर जी अहीं ते रहिंदे बैग ते, मैं तुहानूं सच्ची गल दस्सां, मैं ते जिहड़ी सवेरे गल सुनी है ना, मैं गुरु घर आया मत्था टेकन गुरुद्वारे साहब, जदों बाहरों आया तो बाबा चन्ना चक्की जरा उन्हें दस्सिया भी रौला पैन दिया सी इत्थे, ते रौला पैन दिया। मैं अपने भतीजे नूं लाडी मुंडा आया, मैं लाडी सुनिया उन्होंने चाचा जी मैं कुछ सुनया नहीं, मैं चल मैं सैकल लाता उत्थे ते मैं चल पता लईए, ते जां वेख्या कि सानूं इहो ही लागे लागे दस्सण दे सारे भी इह रात दा 3-4 बजे दा रौला पिया ते इहने अपनी मां मार दित्ती आ ਅਤੇ ਉਹ ਫਿਰ ਟੋਆ ਕੱਢ ਕੇ ਨੱਪੀ ਅਸੀਂ ਜਦੋਂ ਵੇਖਿਆ ਵੀ ਸੀੜੀ ਜੀ ਕੱਢੀ ਇਹਨੇ ਅਤੇ ਅਸੀਂ ਨੱਪੀ ਦੇ ਬਾਅਦ ਉਹਨਾਂ ਨੂੰ ਦੱਸਿਆ ਵੀ ਪੁਲਿਸ ਵਾਲੇ ਨੂੰ ਆਣ ਕੇ ਲੈ ਗਏ ਸਾਨੂੰ ਤਾਂ ਜੋ ਬਾਅਦ ਨਾ ਪਤਾ ਕੀਤਾ ਮੈਂ ਆਪਣੇ ਚਾਚਿਆਂ ਲੱਗਿਆ ਗੁਰਮੀਤ ਨਾਲ ਆਪਣੇ ਬੰਦਿਆਂ ਸਾਰਿਆਂ ਨੂੰ ਇਕੱਠਿਆਂ ਦੱਸਿਆ ਵੀ ਆਹ ਕੰਮ ਕੀਤਾ ਉਹਨੇ ਅਤੇ ਇਹੋ ਕੁਛ ਮੈਨੂੰ ਤਾਂ ਹੋਰ ਕਿੰਨੀ ਕੁ ਉਮਰ ਸੀਗੀ ਮਾਂ ਦੀ ਮਾਂ ਦੀ ਉਮਰ 17 ਦੇ ਉੱਤੇ ਨਹੀਂ 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 80 ਕੁ ਸਾਲ ਦੀ 80 80 80 50 ਦੀ ਹੋਣੀ ਹੈ ਮੁੰਡਾ ਕਿੰਨੀ ਕੁ ਉਮਰ ਹੋਊਗੀ ਇਹਦੀ ਉਮਰ ਕਿੰਨੀ ਕੁ ਹੋਊਗੀ ਭਲਾ ਇਹਦੀ 40-45 45 ਸਾਲ ਹੋ ਗਏ ਕੀ ਲੱਗਦਾ ਹੈ ਕਿ ਮੁੰਡਾ ਜਿਹੜਾ ਵਾ ਉਹ ਕਿਸੇ ਨਸ਼ੇ ਦੀ ਹੰਗਾਰ ਵਿੱਚ ਸੀਗਾ ਜਾਂ ਕਹਿ ਸਕਦੇ ਹਾਂ ਕਿ ਉਸਦੀ ਮੈਂਟਲੀ ਅਫਸਰ ਸੀਗਾ ਇਹ ਵੇਖੋ ਜੀ ਨਸ਼ਾ ਤਾਂ ਅਸੀਂ ਨਹੀਂ ਵੇਖਿਆ ਮੈਂ ਗੁਰੂ ਘਰ ਤੇਗ ਬਹਾਦਰ ਸਾਹਿਬ ਦੀ ਸੇਵਾ 'ਤੇ ਜਾਈਦਾ ਮੈਂ ਤਾਂ ਝੂਠ ਨਹੀਂ ਗਾ ਬੋਲਣਾ ਹੈ ਵੀ ਉਹ ਇੱਧਰ ਦਿਮਾਗੀ ਨੁਕਸ ਉਹਦੇ ਜ਼ਰੂਰ ਸੀਗਾ ਦਿਮਾਗੀ ਨੁਕਸ ਸੀ ਜਾਂ ਗੋਲੀਆਂ ਵੀ ਖਾ ਸਕਦਾ ਇਹਦੀ ਗੱਲ ਨਹੀਂ ਆ ਕਿੰਨੇ ਟਾਈਮ ਤੋਂ ਰਹਿ ਰਹੇ ਇੱਥੇ ਜੱਦੀ ਜੱਦੀ ਵੈਸੇ ਇਹਨਾਂ ਦਾ ਘਰ ਜੱਦੀ ਆ ਮਾਂ ਪੁੱਤ ਦਾ ਆਪਸੀ ਰਿਸ਼ਤਾ ਜਿਹੜਾ ਸੀਗਾ ਚੰਗਾ ਸੀਗਾ ਕਿ ਪਹਿਲਾਂ ਵੀ ਕਿਤੇ ਤੂੰ ਤੂੰ ਮੈਂ ਜਿਹੜੀ ਹੁੰਦੀ ਰਹਿੰਦੀ ਸੀਗੀ ਵੀਰ ਜੀ ਮੈਂ ਤਾਂ ਸੱਚ ਬੋਲਣਾ ਅਸੀਂ ਤਾਂ ਰਹਿੰਦੇ ਹਾਂ ਬੈਕ ਦੇ ਡੇਰੇ 'ਤੇ ਹਾਂ ਪੈਲੀਆਂ 'ਚ ਹੁਣ ਕਹਿੰਦੇ ਸਾਨੂੰ ਹੁਣ ਕਿਤੇ ਇੱਦਾਂ ਮਤਲਬ ਵੀ ਇਹਦੀ ਜਿਹੜੀ ਪੁਜੀਸ਼ਨ ਆ ਨਾ ਇਹਨੇ ਅੱਗੇ ਹੁਣ ਤੁਹਾਨੂੰ ਮੈਂ ਕੀ ਦੱਸਾਂ ਆਪਣਾ ਭਤੀਆ ਇਹਦਾ ਉਹ ਵੀ ਕੁੱਟ ਕੁੱਟ ਹੀ ਮਾਰਤਾ ਹੈ ਕੁੱਟ ਕੁੱਟ ਕੇ ਇਹਨੂੰ ਮਾਰ ਦਿੱਤਾ ਸੀ ਉਸ ਪਿੰਡ ਵਾਲੇ ਦੱਸਣ ਦੇ ਜਿੰਨਾ ਵੇਖੇ ਇਹਦੇ ਕਹਿੰਦੇ ਸਹੀ ਗੱਲ ਵਾ ਇਹ 'ਚ ਮੈਂ ਤਾਂ ਝੂਠ ਨਹੀਂ ਬੋਲਣਾ ਇਹਦੇ ਦਿਮਾਗੀ ਨੁਕਸ ਮੌਕੇ 'ਤੇ ਪਹੁੰਚੀ ਇਹਦੇ ਹੁਣ ਇਹਨਾਂ ਨੂੰ ਪਤਾ ਜਿਹੜੇ ਗਲੀ ਵਾਲੇ ਆ ਡੈੱਡ ਬੋਡੀ ਜਿਹੜੀ ਆ ਪੁਲਿਸ ਦੇ ਹੱਥ 'ਚ ਪੁੱਛਦੇ ਹੀ ਆ ਅੱਜ ਸਵੇਰ ਵਕਤ ਕਰੀਬ 2-2:30 ਵਜੇ ਰਣਜੀਤ ਕੌਰ ਪਤਨੀ ਸੁਲੱਖਣ ਸਿੰਘ ਵਾਸੀ ਵਡਾਲਾ ਵਾਂਗਰ ਨੇ ਆਪਣਾ ਬਿਆਨ ਲਿਖਵਾਇਆ ਸੀ ਕਿ ਉਹਦੀ ਮਾਤਾ ਅਮਰ ਕੌਰ ਉਮਰ ਕਰੀਬ 80 ਸਾਲ ਜੋ ਕਿ ਉਸਦੇ ਪਾਸ ਪਿੰਡ ਵਡਾਲਾ ਵਾਂਗਰ ਵਿਖੇ ਰਹਿੰਦੀ ਸੀ ਕੱਲ੍ਹ 16/10/24 ਨੂੰ ਉਹ ਅਤੇ ਉਹਦੀ ਮਾਤਾ ਉਸਦੇ ਭਰਾ ਸੁਖਵਿੰਦਰ ਸਿੰਘ ਨੂੰ ਮਿਲਣ ਲਈ ਪਿੰਡ ਵਡਾਲਾ ਖੁਰਦ ਆਏ ਸੀ ਅਤੇ ਰਾਤ ਸਮੇਂ ਜਦੋਂ ਉਹ ਅਲੱਗ ਅਲੱਗ ਕਮਰਿਆਂ ਵਿੱਚ ਸੁੱਤੇ ਸੀ ਉਸਦਾ ਭਰਾ ਅਤੇ ਉਹਦੀ ਮਾਤਾ ਇੱਕ ਹੀ ਕਮਰੇ ਵਿੱਚ ਸੁੱਤੇ ਵਕਤ ਕਰੀਬ 10 ਵਜੇ ਉਹਨੇ ਆਪਣੀ ਮਾਤਾ ਦੀਆਂ ਚੀਕਾਂ ਦੀ ਆਵਾਜ਼ ਸੁਣ ਕੇ ਵੇਖਿਆ ਅਤੇ ਉਹਦਾ ਭਰਾ ਉਹਨੂੰ ਮੰਜੇ 'ਤੇ ਪਈ ਨੂੰ ਉੱਪਰ ਚੜ੍ਹ ਕੇ ਲਿਤੜ ਰਿਹਾ ਸੀ ਜਿਸ ਨਾਲ ਉਸਦੀ ਮੌਤ ਹੋ ਗਈ ਉਸ ਤੋਂ ਬਾਅਦ ਉਸਦੇ ਭਰਾ ਨੇ ਵਿਹੜੇ ਵਿੱਚ ਕੱਚੇ ਥਾਂ 'ਤੇ ਉਸਨੂੰ ਮਿੱਟੀ ਅਤੇ ਦਰੱਖਤਾਂ ਦੇ ਪੱਤਿਆਂ ਨਾਲ ਲੁਕਾਉਣ ਦੀ ਕੋਸ਼ਿਸ਼ ਵੀ ਕੀਤੀ ਜਿਹਦੇ ਬਿਆਨ 'ਤੇ ਮੁਕੱਦਮਾ ਨੰਬਰ 113 ਜੁਰਮ 103 238 BNS ਥਾਣਾ ਕਲਚੀਆਂ ਦਰਜ ਕੀਤਾ ਗਿਆ ਅਤੇ ਦੋਸ਼ੀ ਸੁਖਵਿੰਦਰ ਸਿੰਘ ਪੁੱਤਰ ਸੂਰਤਾ ਸਿੰਘ ਵਾਸੀ ਵਡਾਲਾ ਖੁਰਦ ਨੂੰ ਗ੍ਰਿਫਤਾਰ ਕਰ ਲਿਆ
ਅੱਗੇ ਤੋਂ ਤਫਤੀਸ਼ ਜਿਹੜੀ ਹੈ ਉਹ ਜਾਰੀ। ਕਿਹੜੇ ਹਾਲਾਤਾਂ ਦੇ ਵਿੱਚ ਜਿਹੜਾ ਦੋਸ਼ੀ ਨੂੰ ਪਾਇਆ ਗਿਆ? ਦੋਸ਼ੀ ਠੀਕ ਹਾਲਾਤਾਂ ਵਿੱਚ ਹੀ ਹੈ। ਦੋਸ਼ੀ ਨੂੰ ਜਿਹੜਾ ਉਹਦੇ ਮਨ 'ਚ ਰੰਜਿਸ਼ ਸੀ ਕਿ ਉਹਦੀ ਮਾਤਾ ਉਹਦੀਆਂ ਭੈਣਾਂ ਜਿਹੜੀਆਂ ਨੇ ਜੋ ਜ਼ਮੀਨ ਉਹਦੇ ਪਿਤਾ ਦੇ ਨਾਂ 'ਤੇ ਆ ਉਸਦੇ ਨਾਂ 'ਤੇ ਨਹੀਂ ਕਰਵਾ ਰਹੀਆਂ, ਇਸ ਕਰਕੇ ਉਹਨੇ ਆਪਣੀ ਮਾਤਾ ਦਾ ਕਤਲ ਕੀਤਾ। ਕੀ ਲੱਗਦਾ ਹੈ ਕਿ ਜਿਹੜਾ ਕਤਲ ਕੀਤਾ ਗਿਆ ਤੇਜ਼ ਹਥਿਆਰ ਦੇ ਨਾਲ ਕੀਤਾ ਗਿਆ? ਕੋਈ ਹਥਿਆਰ ਵੀ ਇਹਦੇ ਵਿੱਚ ਨਹੀਂ ਵਰਤਿਆ ਗਿਆ ਦੋਸ਼ੀ ਵੱਲੋਂ। ਉਹਦੀ ਮਾਤਾ ਜਿਹੜੀ ਹੈ ਕਾਫੀ ਬਜ਼ੁਰਗ ਸੀ ਅਤੇ ਸਰੀਰ ਦੀ ਵੀ ਜਿਹੜੀ ਕਮਜ਼ੋਰ ਸੀ, ਉਹਨੇ ਉਹਦੇ ਉੱਪਰ ਚੜ੍ਹ ਕੇ ਉਹਨੂੰ ਲਿੱਤੜ ਦਿੱਤਾ, ਲਿੱਤੜ ਨਾਲ ਉਹਦੀ ਜਿਹੜੀ ਮੌਤ ਹੋ ਗਈ। ਜ਼ਮੀਨ ਦੇ ਵਿਵਾਦ ਨੂੰ ਲੈ ਕੇ ਕਤਲ ਕੀਤਾ ਗਿਆ? ਬਿਲਕੁਲ ਜੀ, ਇਹਨਾਂ ਦੇ ਆਪਸ ਵਿੱਚ ਜ਼ਮੀਨ ਦਾ ਵਿਵਾਦ ਆ, ਇਸੇ ਕਰਕੇ ਉਹਨੇ ਕਤਲ ਕੀਤਾ।